ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ब्रह्मज्ञानी को सदा आदेश ब्रह्मज्ञानी का कथया ना जाए अथाखिर ब्रह्मज्ञानी सर्व का ठाकुर ब्रह्मज्ञानी की मित कौन बखानै ब्रह्मज्ञानी की गत ब्रह्मज्ञानी जानै ब्रह्मज्ञानी का अंत न पार नानक ब्रह्मज्ञानी कहो सदा नमष्कार ब्रह्मज्ञानी का अंत न पार नानक ब्रह्मज्ञानी कहो सदा नमष्कार जुगो जुग अटल तन तन सतगुरु श्री गुरु ग्रंथ साहिब जी ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਵਨ ਧਿਆਨ ਤਰੀਏ ਜੀ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਤਨ ਤਨ ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਪਵਨ ਬਾਣੀ ਸੁਖਮਨੀ ਸਾਹਿਬ ਦੇ ਨਾਲ ਆਪਣਾ ਚਿੱਤ ਜੋੜੀਏ ਆਓ ਬੜੇ ਪਿਆਰ ਸਤਕਾਰ ਨਾਲ ਸਭ ਤੋਂ ਪਹਿਲਾਂ ਗੁਰੂ ਫਤੇ ਸਾਂਝੀ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਤਨ ਤਨ ਸਤਗੁਰੂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੀ ਮਹਾਨ ਰਚਨਾ ਦੇ ਵਿੱਚ 8ਵੀਂ ਅਸ਼ਟਪਦੀ ਦੀ ਜਦੋਂ ਸ਼ੁਰੂਆਤ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਬ੍ਰਹਮ ਗਿਆਨੀ ਦਾ ਜ਼ਿਕਰ ਕੀਤਾ ਹੈ ਤੇ ਬ੍ਰਹਮ ਗਿਆਨੀ ਸ਼ਬਦ ਬਹੁਤ ਹੀ ਪਿਆਰਾ ਹੈ ਬ੍ਰਹਮ ਨੂੰ ਸਮਝਣ ਵਾਲਾ ਜਿਨੇ ਪਰਮਾਤਮਾ ਦੇ ਗੁਣਾ ਨਾਲ ਡੂੰਗੀ ਸਾਂਝ ਪਾ ਲਈ ਉਹਨੂੰ ਬ੍ਰਹਮ ਗਿਆਨੀ ਆਖਿਆ ਜਾਂਦਾ ਹੈ ਗੁਰੂ ਅਰਜਨ ਸਾਹਿਬ ਜੀ ਦੀ ਇਸ ਪਿਆਰੀ ਬਾਣੀ ਦੀ ਵਿਚਾਰ ਕਰਦੇ ਆਂ 8ਵੀਂ ਅਸ਼ਟਪਦੀ ਦੀ 7ਵੀਂ ਪੌੜੀ ਆਪਾਂ ਅੱਜ ਵਿਚਾਰਨ ਲੱਗੇ ਆਂ ਜਿਦੇ ਵਿੱਚ ਗੁਰੂ ਅਰਜਨ ਸਾਹਿਬ ਨੇ ਸ਼ੁਰੂਆਤ 'ਚ ਬਖਸ਼ਿਸ਼ ਕੀਤੀ ਹੈ ਬ੍ਰह्म ਗਿਆਨੀ ਕੀ ਕੀਮਤ ਨਾਹੇ ਕੀਮਤ ਕੀਮਤ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਦਾ ਅੰਦਾਜ਼ਾ ਲਗਾ ਕੇ ਤਾਂ ਉਹਨੂੰ ਖਰੀਦਣ ਦੇ ਲਈ ਕੋਈ ਰੇਟ ਪੇਸ਼ ਕਰਨਾ ਜਿਵੇਂ ਦੁਨੀਆ ਵਿੱਚ ਬਹੁਤ ਸਾਰੇ ਲੋਕ ਖਰੀਦੇ ਜਾਂਦੇ ਨੇ ਬਹੁਤ ਸਾਰੇ ਲੋਕ ਆਪਣੀਆਂ ਜ਼ਮੀਰਾਂ ਵੇਚ ਦਿੰਦੇ ਨੇ ਬਹੁਤ ਸਾਰੇ ਲੋਕ ਆਪਣਾ ਧਰਮ ਵਕਾਊ ਕਰ ਦਿੰਦੇ ਨੇ ਲੇਕਿਨ ਬਹੁਤ ਸਾਰੇ ਐਸੇ ਲੋਕ ਹੁੰਦੇ ਨੇ ਜਿਹੜੇ ਕਹਿੰਦੇ ਨੇ ਸਾਡੀ ਜਮੀਰ ਕੋਈ ਇਨਸਾਨ ਖਰੀਦ ਨਹੀਂ ਸਕਦਾ ਅਸੀਂ ਵਕਾਊ ਨਹੀਂ ਹਾਂ ਇੱਥੇ ਮੈਂ ਜਪਜੀਤ ਸਾਹਿਬ ਅੱਜ ਫਿਰ ਤੁਹਾਨੂੰ ਲੈ ਕੇ ਜਾਵਾਂ ਜਦੋਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਮਤ ਵਿੱਚ ਰਤਨ ਜਵਾਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਹੁਣ ਗੱਲ ਬੜੀ ਕਮਾਲ ਦੀ ਹੈ ਕਿ ਆਪਣੀ ਮਤ ਦੇ ਵਿੱਚ ਗੁਣਾਂ ਨੂੰ ਵਸਾਉਣਾ ਜਿਹੜੇ ਗੁਣ ਬਹੁਤ ਬੇਸ਼ਕੀਮਤੀ ਹੈ ਤੇ ਜਦੋਂ ਉਹ ਗੁਣ ਸਾਡੇ ਜੀਵਨ ਵਿੱਚ ਵਸਣਗੇ ਤੇ ਸਾਡੀ ਮਤ ਵੀ ਬੇਸ਼ਕੀਮਤੀ ਰਤਨ ਜਵਾਰ ਅਤੇ ਮਾਨਕਾਂ ਵਰਗੀ ਹੋ ਜਾਏਗੀ ਬਹੁਤ ਬੇਸ਼ਕੀਮਤੀ ਹੋ ਜਾਏਗੀ ਕੋਈ ਵੀ ਸ਼ਖਸ ਕੋਈ ਵੀ ਇਨਸਾਨ ਕੋਈ ਵੀ ਬੰਦਾ ਸਾਡੀ ਅਕਲ ਨੂੰ ਸਾਡੀ ਮਤ ਨੂੰ ਸਾਡੀ ਜਮੀਰ ਨੂੰ ਵਕਾਉ ਸਮਝ ਕੇ ਖਰੀਦਣ ਦੀ ਕਦੇ ਕੋਸ਼ਿਸ਼ ਨਹੀਂ ਕਰੇਗਾ ਜੇ ਕਰੇਗਾ ਵੀ ਤਾਂ ਵੀ ਖਰੀਦ ਨਹੀਂ ਸਕੇਗਾ ਆਪਾਂ ਵੜਦੇ ਆ ਨਾ ਜੀ ਮੰਨੇ ਕੀ ਗਤ ਕਹੀਂ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨਾਲ ਲਿਖਨ ਹਾਰ ਮੰਨੇ ਕਾ ਬਕਰਨ ਵਿਚਾਰ ਐਸਾ ਨਾਮ ਨਰਿੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਉਹਦਾ ਮਾਲਕ ਦਾ ਨਾਮ ਹੀ ਇਨਾ ਪਿਆਰਾ ਕਿ ਉੱਚਾ ਕਰ ਦਿੰਦਾ ਇਨਸਾਨ ਨੂੰ ਤੇ ਪਿਆਰਿਓ ਆਪਣੇ ਇਤਿਹਾਸ ਵਾਲ ਵੀ ਝਾਤ ਮਾਰ ਕੇ ਵੇਖੋ ਖਰੀਦੇ ਗਏ ਗੁਰਸਿੱਖ ਨਹੀਂ ਖਰੀਦਣ ਦੀ ਕੋਸ਼ਿਸ਼ ਤਾਂ ਹੋਈ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੀ ਖਰੀਦਣ ਦੀ ਕੋਸ਼ਿਸ਼ ਤਾਂ ਗੌਰਮੈਂਟਾਂ ਨੇ ਕੀਤੀ ਸੀ ਲੇਕਿਨ ਉਹ ਖਰੀਦੇ ਗਏ ਨਹੀਂ ਖਰੀਦੇਗੇ ਪਰ ਜਿਹੜੇ ਖਰੀਦੇ ਜਾਂਦੇ ਨੇ ਉਹ ਗੁਰੂ ਦੀ ਨਿਗਾਹ ਤੋਂ ਡਿੱਗ ਪੈਂਦੇ ਨੇ ਖਰੀਦੇ ਜਾਂਦੇ ਨੇ ਬਾਬਾ ਆਰਾਮ ਰਾਏ ਖਰੀਦਾ ਜਾਂਦਾ ਹੈ ਧੀਰਮਲ ਖਰੀਦਿਆ ਜਾਂਦਾ ਹੈ ਪ੍ਰਥੀ ਚੰਦ ਪਰ ਗੁਰੂ ਦਾ ਜਿਹੜਾ ਖੂਨ ਹੈ ਪਰ ਜਿਹੜੀ ਗੁਰੂ ਦੀ ਮੱਤ ਹੈ ਜਿਨੇ ਜੀਵਨ ਵਿੱਚ ਧਾਨ ਕਰ ਲਈ ਪਿਆਰਿਓ ਉਹਨੂੰ ਦੁਨੀਆ ਕਦੇ ਖਰੀਦ ਨਹੀਂ ਸਕਦੀ ਕਿਉਂਕਿ ਨਾਮ ਦੇ ਨਾਲ ਗੁਣਾ ਦੇ ਨਾਲ ਜੀਵਨ ਦੇ ਵਿੱਚ ਰੰਗਤ ਲੱਗਦੀ ਹੈ ਹੁਣ ਜਿਹੜਾ ਬ੍ਰਹਮ ਗਿਆਨੀ ਹੈ ਉਹਦੀ ਕੀਮਤ ਕੋਈ ਨਹੀਂ ਕੌਣ ਬ੍ਰਹਮ ਗਿਆਨੀ ਜਿਨਨੇ ਵਾਹਿਗੁਰੂ ਦੇ ਨਾਮ ਵਿੱਚ ਸੁਰਤ ਜੋੜ ਲਈ ਹੈ ਜਿਨੇ ਉਸ ਬ੍ਰਹਮ ਦੇ ਗਿਆਨ ਨੂੰ ਸਬਕਾਰ ਕਰ ਲਿਆ ਹੈ ਸਮਝ ਲਿਆ ਹੈ ਉਹਨੂੰ ਕੋਈ ਖਰੀਦ ਨਹੀਂ ਸਕਦਾ ਉਹ ਝੂਠ ਦੇ ਸਾਹਮਣੇ ਕਦੇ ਗੋਡੇ ਨਹੀਂ ਟਿਕਦਾ ਉਹ ਸੱਚ ਦੇ ਨਾਲ ਜੀਉਂਦਾ ਸੋ ਬ੍ਰह्म ਗਿਆਨੀ ਕੀ ਕੀਮਤ ਨਾਹੇ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ ਉਹਦਾ ਕੋਈ ਮੁੱਲ ਨਹੀਂ ਹੈ ਜਪਜੀ ਸਾਹਿਬ ਦੇ ਵਿੱਚ ਵੀ ਆਪਾਂ ਪੜਿਆ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਢੰਡਾਰ ਅਮੁੱਲ ਆਵੇਂ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਜਿਹੜਾ ਰੱਬ ਨੂੰ ਪਿਆਰ ਕਰਦਾ ਹੈ ਉਹ ਅਮੁੱਲ ਹੈ ਉਹਦਾ ਕੋਈ ਮੁੱਲ ਨਹੀਂ ਜੇ ਵਾਹਿਗੁਰੂ ਬੇਸ਼ਕੀਮਤੀ ਉਹਦਾ ਕੋਈ ਮੁੱਲ ਨਹੀਂ ਤੇ ਵਾਹਿਗੁਰੂ ਨੂੰ ਪਿਆਰ ਕਰਨ ਵਾਲਿਆਂ ਦਾ ਵੀ ਕੋਈ ਮੁੱਲ ਨਹੀਂ ਐਵੇਂ ਕਦੇ ਕੋਸ਼ਿਸ਼ ਨਾ ਕਰਿਓ ਉਹਨਾਂ ਨੂੰ ਖਰੀਦਣ ਦੀ ਸਹਿਬਜ਼ਾਦੇ ਨੇ ਕਿਹਾ ਸੀ ਸੂਬਿਆ ਸਾਨੂੰ ਕੋਈ ਖਰੀਦ ਨਹੀਂ ਸਕਦਾ ਕਿਉਂਕਿ ਗੋਬਿੰਦ ਦੇ ਲਾਲਾਂ ਸੀ ਸਾਡੇ ਵਿੱਚ ਜਿਹੜਾ ਖੂਨ ਚੱਲਦਾ ਹੈ ਨਾ ਉਹ ਬਹੁਤ ਪਿਆਰਾ ਖੂਨ ਹੈ ਉਹਨੂੰ ਕੋਈ ਖਰੀਦ ਨਹੀਂ ਸਕਦਾ ਤਾਨ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੇ ਦਿਨ ਕਲੋਜ਼ ਆ ਰਹੇ ਨੇ ਨੇੜੇ ਆ ਰਹੇ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਤਾਂ ਖਰੀਦਣ ਦੀ ਕੋਸ਼ਿਸ਼ ਹੋਈ ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਨਹੀਂ ਖਰੀਦੇ ਗਏ ਤੇ ਸ਼ਾਇਦ ਜੇ ਖਰੀਦੇ ਜਾਂਦੇ ਤਾਂ ਪਿਆਰਿਓ ਅੱਜ ਹਿੰਦੁਸਤਾਨ ਹਿੰਦੁਸਤਾਨੀ ਨਾ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਿਹਾ ਗਿਆ ਕਿ ਤੁਸੀਂ ਉਹਨਾਂ ਹਿੰਦੂਆਂ ਦੀ ਬਾਹ ਨਾ ਫੜੋ ਕਿਉਂਕਿ ਤੁਸੀਂ ਉਹਨਾਂ ਦੇ ਮੋਢੀ ਬਣ ਚੁੱਕੇ ਹੋ ਤੁਸੀਂ ਕਹਿ ਚੁੱਕੇ ਹੋ ਕਿ ਜੇ ਗੁਰੂ ਤੇਗ ਬਹਾਦਰ ਤੁਹਾਡਾ ਧਰਮ ਸਵਿਕਾਰ ਕਰ ਲਏ ਈਨ ਮੰਨ ਲਏ ਤਾਂ ਸਾਰਾ ਹਿੰਦੁਸਤਾਨ ਈਨ ਮੰਨਣ ਨੂੰ ਤਿਆਰ ਹੋਵੇਗਾ ਪਰ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਖੂਨ ਡੋਲ ਕੇ ਹਿੰਦੁਸਤਾਨ ਦੇ ਮਰਦੇ ਧਰਮ ਨੂੰ ਬਚਾਇਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਖਰੀਦਣ ਦੀ ਕੋਸ਼ਿਸ਼ ਹੋਈ ਲੇਕਿਨ ਨਹੀਂ ਖਰੀਦੇ ਗਏ ਪਰ ਪਿਆਰਿਓ ਹੱਥ ਜੋੜ ਬੇਨਤੀ ਹੈ ਖਰੀਦੇ ਜਾ ਚੁੱਕੇ ਲੋਕਾਂ ਤੋਂ ਬਚੋ ਜਿਹੜੇ ਖਰੀਦੇ ਜਾਂਦੇ ਨੇ ਉਹਨਾਂ ਤੋਂ ਬਚੋ ਜਿਨ੍ਹਾਂ ਕੌਮਾਂ ਦੇ ਆਗੂ ਖਰੀਦੇ ਜਾਂਦੇ ਨੇ ਜਿਨ੍ਹਾਂ ਕੌਮਾਂ ਦੇ ਪ੍ਰਚਾਰਕ ਖਰੀਦੇ ਜਾਂਦੇ ਨੇ ਜਿਨ੍ਹਾਂ ਕੌਮਾਂ ਦੇ ਮੋਢੀ ਖਰੀਦੇ ਜਾਂਦੇ ਨੇ ਉਹਨਾਂ ਕੌਮਾਂ ਦੀ ਤਰਾਸਦੀ ਹੁੰਦੀ ਹੈ ਖਰੀਦਾ ਗਿਆ ਸੀ ਨਾ ਬਲਦੇਵ ਸਿੰਘ ਨਹਿਰੂ ਦੇ ਰਾਹੀਂ ਤੇ ਉਦੋਂ ਇੱਕ ਵੱਖਰਾ ਦੇਸ਼ ਬਣਨ ਲੱਗਾ ਸੀ ਪਰ ਨਹੀਂ ਬਣ ਪਾਇਆ ਉਹ ਕਿਉਂਕਿ ਬਲਦੇਵ ਸਿੰਘ ਨੇ ਨਹਿਰੂ ਦੀ ਝੋਲੀ ਦੇ ਵਿੱਚ ਸਭ ਕੁਝ ਛੱਡ ਦਿੱਤਾ ਆਪਣਾ ਕਿ ਅਸੀਂ ਜੋ ਲੈਣਾ ਆਪਣੇ ਭਰਾਵਾਂ ਤੋਂ ਲੈ ਲਵਾਂਗੇ ਲੇਕਿਨ ਸਾਡੇਆਂ ਭਰਾਵਾਂ ਨੇ ਸਾਡੇ ਨਾਲ ਜੋ ਕੀਤਾ ਉਹ ਸਾਰਿਆਂ ਨੂੰ ਯਾਦ ਹੈ ਸਭ ਨੂੰ ਯਾਦ ਹੈ 47 ਵਾਰ ਵਾਪਰੀ ਲੱਖਾਂ ਦੀ ਤੈਦਾਦ ਵਿੱਚ ਜਿਹੜੇ ਸਿੱਖ ਸਨ ਉਹ ਕਤਲ ਹੋਏ ਘਰ ਘਾਟ ਖਤਮ ਹੋਏ ਜ਼ਮੀਨ ਜਾਇਦਾਦਾਂ ਖਤਮ ਹੋਈਆਂ ਤੇ ਸਿੱਖਾਂ ਨੂੰ ਇਨਾਮ ਤੱਕ ਕੀ ਮਿਲਿਆ ਸਿੱਖ ਧਾਰ ਵੀ ਐ ਜਰਾਇਮ ਪੇਸ਼ਾ ਕੌਮ ਹੈ ਇਹ ਇਨਾਮ ਮਿਲਿਆ ਜੇ ਸ਼ਾਇਦ ਬਲਦੇਵ ਸਿੰਘ ਨਾ ਖਰੀਦਿਆ ਜਾਂਦਾ ਤੇ ਸ਼ਕਲ ਸੂਰਤ ਕੁਝ ਹੋਰ ਹੁੰਦੀ ਸਿੱਖਾਂ ਦਾ ਇੱਕ ਵੱਖਰਾ ਦੇਸ਼ ਹੁੰਦਾ ਵੱਖਰਾ ਰਾਜ ਹੁੰਦਾ ਨਹੀਂ ਖਰੀਦਿਆ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਨੇ ਵੀ ਕੋਸ਼ਿਸ਼ ਕੀਤੀ ਸੀ ਨਹੀਂ ਖਰੀਦਿਆ ਗਿਆ ਸੀ ਮਹਾਰਾਜਾ ਦਲੀਪ ਸਿੰਘ ਅੰਗਰੇਜ਼ਾਂ ਨੇ ਵੀ ਕੋਸ਼ਿਸ਼ ਕੀਤੀ ਸੀ ਆਖਰੀ ਦਮ ਤੱਕ ਮਰਦੇ ਦਮ ਤੱਕ ਆਪਣੇ ਰਾਜ ਭਾਗ ਦੀ ਗੱਲ ਕਰਦਾ ਰਿਹਾ ਭਾਵੇਂ ਉਹਦਾ ਵਸ ਨਾ ਚਲੇਆ ਪਿਆਰਿਓ ਜਿਹੜਾ ਗੁਰੂ ਦੀ ਮੱਤ ਦਾ ਧਾਰਨੀ ਹੁੰਦਾ ਹੈ ਉਹਨੂੰ ਦੁਨੀਆ ਖਰੀਦ ਨਹੀਂ ਸਕਦੀ ਬ੍ਰਹਮ ਗਿਆਨੀ ਉਹਨੂੰ ਕਹਿੰਦੇ ਨੇ ਜਿਹਦੀ ਕੋਈ ਕੀਮਤ ਨਾ ਹੋਵੇ ਜਿਹਨੂੰ ਕੋਈ ਖਰੀਦ ਨਾ ਸਕੇ ਜਿਹਦੇ ਸੰਮੁਖ ਹਰ ਬੰਦਾ ਸੀਸ ਝੁਕਾ ਕੇ ਚਲਾ ਜਾਏ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ ਸਾਰੇ ਗੁਣ ਜਿਹੜੇ ਰੱਬੀ ਗੁਣ ਉਹ ਬ੍ਰਹਮ ਗਿਆਨੀ ਦੇ ਸਗਲ ਸਗਲ ਭਾਵ ਸਾਰੇ ਮਨ ਮਾਏ ਮਨ ਵਿੱਚ ਹੁੰਦੇ ਨੇ ਉਹਦੇ ਜੀਵਨ ਵਿੱਚ ਹੁੰਦੇ ਨੇ ਜਿਹੜਾ ਜਿਹੜੇ ਰੱਬ ਵਿੱਚ ਗੁਣ ਨੇ ਉਹ ਸਾਰੇ ਰੱਬ ਨੂੰ ਪਿਆਰ ਕਰਨ ਵਾਲੇ ਬ੍ਰਹਮ ਗਿਆਨੀ ਦੇ ਅੰਦਰ ਵੀ ਪਾਏ ਜਾਂਦੇ ਨੇ ਇਸ ਲਈ ਉਹਦੇ ਵਿੱਚ ਤੇ ਰੱਬ 'ਚ ਕੋਈ ਫਰਕ ਨਹੀਂ ਹੁੰਦਾ ਕਿਉਂਕਿ ਉਹ ਰੱਬ ਦਾ ਰੂਪ ਬਣ ਚੁੱਕਾ ਹੁੰਦਾ ਰੱਬ ਦੇ ਬਹੁਤ ਨੇੜੇ ਹੁੰਦਾ ਹੈ ਤੇ ਸਾਰੇ ਰੱਬੀ ਗੁਣਾ ਦਾ ਜਿਹੜਾ ਪ੍ਰਕਾਸ਼ ਹੈ ਉਹਦੇ ਜੀਵਨ ਵਿੱਚੋਂ ਵੀ ਵੇਖਿਆ ਜਾ ਸਕਦਾ ਹੈ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਇਸ ਲਈ ਪਿਆਰਿਆ ਬ੍ਰਹਮ ਗਿਆਨੀ ਦੀ ਜ਼ਿੰਦਗੀ ਦਾ ਕੌਣ ਭੇਦ ਪਾ ਸਕਦਾ ਹੈ ਕੌਣ ਜਾਣੇ ਭੇਦ ਭਾਵ ਕੇ ਉਹ ਇੰਨਾ ਉੱਚਾ ਹੋ ਜਾਂਦਾ ਹੈ ਕਿ ਕੋਸ਼ਿਸ਼ ਨਾ ਕਰਿਓ ਇਹ ਜਾਣਨ ਦੀ ਵੀ ਉਹਦੀ ਜ਼ਿੰਦਗੀ ਬਾਰੇ ਜਾਣੀ ਹੈ ਉਹਦਾ ਕੌਣ ਭੇਦ ਪਾਵੇਗਾ ਜਿੰਨਾ ਮਰਜੀ ਖੋਜ ਲਓ ਕਿਉਂਕਿ ਉਹ ਰੱਬ ਬਣ ਚੁੱਕਾ ਹੁੰਦਾ ਰੱਬ ਦੇ ਨੇੜੇ ਹੋ ਕੇ ਉਹਦੇ ਵਿੱਚ ਸਮਾ ਚੁੱਕਾ ਹੁੰਦਾ ਅਸੀਂ ਕੋਸ਼ਿਸ਼ ਕਰਨੀ ਹੈ ਆਪਣੇ ਜੀਵਨ ਨੂੰ ਵਧੀਆ ਬਣਾਉਂਦੀ ਹੈ ਆਪਣੇ ਜੀਵਨ ਨੂੰ ਉੱਚਾ ਚੁੱਕਣ ਦੀ ਅਸੀਂ ਕੋਸ਼ਿਸ਼ ਕਰਨੀ ਹੈ ਆਪਣੇ ਅੰਦਰ ਵੀ ਰੱਬੀ ਗੁਣਾ ਦਾ ਪ੍ਰਕਾਸ਼ ਕਰਨ ਦੀ ਤਾਂ ਕਿ ਸਾਡੇ ਜੀਵਨ ਵਿੱਚ ਰੱਬੀ ਗੁਣ ਆ ਸਕਣ ਤੇ ਸਾਡੇ ਘਰਾਂ ਦੇ ਵਿੱਚੋਂ ਕੁਕਰਮ ਖਤਮ ਹੋ ਜਾਣ ਕਰਮਕਾਂਡ ਖਤਮ ਹੋ ਜਾਣ ਕੁਰੀਤੀਆਂ ਖਤਮ ਹੋ ਜਾਣ ਲੜਾਈਆਂ ਝਗੜੇ ਖਤਮ ਹੋ ਜਾਣ ਅਸੀਂ ਸਿੱਧੇ ਸਿੱਧੇ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਬਣ ਸਕੀਏ ਗੁਰੂ ਗ੍ਰੰਥ ਸਾਹਿਬ ਤੋਂ ਮੰਗ ਸਕੀਏ ਕੁਝ ਮਾਣ ਨਾਲ ਇਹ ਸਾਡੇ ਜੀਵਨ ਵਿੱਚ ਗੁਰਸਿੱਖੀ ਦਾ ਪ੍ਰਕਾਸ਼ ਹੋ ਜਾਏ ਸਾਡੇ ਧੀਆਂ ਪੁੱਤ ਸਿੱਖ ਬਣ ਜਾਣ ਸਾਡੀ ਕੁੱਲ ਜਿਹੜੀ ਆ ਗੁਰਸਿੱਖੀ ਮੁਤਾਬਕ ਤੁਰ ਸਕੇ ਅਸੀਂ ਗੁਰੂ ਦੇ ਬਾਣੇ ਅਤੇ ਬਾਣੀ ਦੇ ਧਾਰਨੀ ਹੋ ਸਕੀਏ ਪਰ ਇਹ ਤਾਂ ਧੋਣਾ ਜਦੋਂ ਅਸੀਂ ਗੁਰੂ ਦੀ ਸਿੱਖਿਆ ਨੂੰ ਸਹੀ ਮਾਨੇ ਦੇ ਵਿੱਚ ਆਪਣੇ ਜੀਵਨ ਵਿੱਚ ਧਾਨ ਕਰਾਂਗੇ ਜਿਵੇਂ ਬ੍ਰਹਮ ਗਿਆਨੀ ਨੇ ਕੀਤਾ ਉਵੇਂ ਅਸੀਂ ਵੀ ਕਰਨਾ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼ ਆਦੇਸ਼ ਦਾ ਮਤਲਬ ਹੁੰਦਾ ਜੀ ਨਮਸਕਾਰ ਕਿਉਂ ਨਮਸਕਾਰ ਹੁੰਦੀ ਹੈ ਉਹਨੂੰ ਕਿਉਂਕਿ ਉਹਨੇ ਉਹਨੂੰ ਨਮਸਕਾਰ ਕੀਤੀ ਜਿਹੜਾ ਸਭ ਤੋਂ ਵੱਡਾ ਹੈ ਆਦੇਸ਼ ਤਸੈ ਆਦੇਸ਼ ਆਦ ਅਨਿਲ ਅਨਾਦ ਅਨਾਹ ਜੋ ਜੋ ਕਿ ਇਕੋ ਵੇਸ ਉਹਨੇ ਉਹਨੂੰ ਸੀਸ ਝੁਕਾ ਦਿੱਤਾ ਜਿਹਦੇ ਸਨਮੁਖ ਦੁਨੀਆ ਸੀਸ ਨਵਉਂਦੀ ਹੈ ਉਹਨੇ ਉਹਨੂੰ ਪਾਲਿਆ ਜਿਹਨੂੰ ਪਾਉਣ ਤੋਂ ਬਾਅਦ ਮਨ ਜੀਤੈ ਜਗ ਜੀਤ ਸਭ ਕੁਝ ਹੀ ਪ੍ਰਾਪਤ ਹੋ ਜਾਂਦਾ ਅਸੀਂ ਲੋਕਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਆਂ ਆਪਣੇ ਆਪ ਨੂੰ ਨਹੀਂ ਪਰ ਜਿਹੜਾ ਖੁਦ ਨੂੰ ਜਿੱਤ ਲਏ ਉਹ ਜਗਤ ਨੂੰ ਜਿੱਤ ਲੈਂਦਾ ਅਸੀਂ ਦੂਸਰੇ ਦੇ ਘਰ ਵਿੱਚ ਜਿਆਦਾ ਝਾਤ ਰੱਖਦੇ ਆ ਕੀ ਹੋ ਰਿਹਾ ਹੈ ਅਸੀਂ ਇਹ ਨਹੀਂ ਦੇਖਦੇ ਕਿ ਅਸੀਂ ਆਪਣੇ ਜੀਵਨ ਨੂੰ ਸੁਧਾਰਨਾ ਆਪਣੇ ਜੀਵਨ ਨੂੰ ਗੁੱਡ ਬਣਾਉਣਾ ਵੈਲ ਬਣਾਉਣਾ ਗੁਰਬਾਣੀ ਸਿਖਾਉਂਦੀ ਸਾਨੂੰ ਕੀ ਆਈ ਸਿਖਾਉਂਦੀ ਗੁਰਬਾਣੀ ਕਹਿੰਦੀ ਆਪਣੇ ਅੰਦਰ ਝਾਤ ਮਾਰ ਖੁਦ ਅੰਦਰ ਜਦੋਂ ਤੂੰ ਖੁਦ ਨੂੰ ਸਵਾਰ ਨਹੀਂਗਾ ਫਿਰ ਵੇਖੀ ਦੁਨੀਆ ਨੂੰ ਦੇਖੋ ਸੰਸਾਰ ਨੂੰ ਜਿੱਤਣ ਦੀ بجائے ਤੱਕੇ ਨਾਲ ਲੋਕਾਂ ਦੇ ਕੋਲੋਂ ਨਮਸਕਾਰਾਂ ਕਰਾਉਣ ਦੀ بجائے ਕੰਮ ਹੀ ਐਸੇ ਕਰ ਜਾਓ ਕਿ ਲੋਕ ਮਰਨ ਤੋਂ ਬਾਅਦ ਵੀ ਨਮਸਕਾਰਾਂ ਕਰਦੇ ਰਹਿਣ ਕੰਮ ਹੀ ਇਹੋ ਜਿਹਾ ਕਰ ਜਾਓ ਕਿ ਲੋਕ ਹਮੇਸ਼ਾ ਤੁਹਾਨੂੰ ਯਾਦ ਰੱਖਦੇ ਰਹਿਣ ਪਰ ਉਹ ਕੰਮ ਕਰਨ ਦੇ ਲਈ ਆਪਾਂ ਆਪਣੀ ਅਕਲ ਦਾ ਆਪਣੀ ਮਤ ਦਾ ਇਸਤੇਮਾਲ ਨਹੀਂ ਕਰਦੇ ਪਰ ਜਿਹੜਾ ਕਰਦਾ ਹੈ ਉਹਦਾ ਜੀਵਨ ਇਨਾ ਮਹਾਨ ਹੋ ਜਾਂਦਾ ਵੀ ਦੁਨੀਆ ਉਹਦੇ ਸਨਮੁਖ ਝੁਕਦੀ ਆ ਕਿਉਂ ਅੱਜ ਬੱਸਾਂ ਉੱਤੇ ਕਾਰਾਂ ਉੱਤੇ ਹੋਰ ਜਗ੍ਹਾ ਜਗ੍ਹਾ ਦੇ ਉੱਤੇ ਧੰਨ ਬਾਬਾ ਦੀਪ ਸਿੰਘ ਸ਼ਹੀਦ ਲਿਖਿਆ ਹੁੰਦਾ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਲਿਖਿਆ ਹੁੰਦਾ ਕਿਉਂ ਭਲਾ ਕਿਉਂਕਿ ਉਹਨਾਂ ਨੇ ਕੁਝ ਗਵਾਇਆ ਸੀ ਤੇ ਕੁਝ ਪਾਇਆ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਔਗਣ ਦੂਰ ਕੀਤੇ ਹੰਕਾਰ ਦੂਰ ਕੀਤੇ ਤੇ ਗੁਰੂ ਦੀ ਮੱਤ ਨੂੰ ਅਪਣਾ ਲਿਆ 82 ਸਾਲ ਦੀ ਉਮਰ ਵਿੱਚ ਐਨਾ ਭਾਰਾ ਖੰਡਾ ਚੱਕ ਕੇ ਬਾਬਾ ਦੀਪ ਸਿੰਘ ਜੀ ਮੈਦਾਨੇ ਜੰਗ ਵਿੱਚ ਜਾ ਕੇ ਜੂਝਦੇ ਨੇ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਮੈਂ ਆਪਣੇ ਜੀਉਂਦਿਆਂ ਜੀ ਆਪਣੇ ਗੁਰੂ ਦੇ ਪਾਕ ਅਸਥਾਨ ਦੀ ਬੇਦਬੀ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਪਰ ਇਹ ਸੌਖੀ ਗੱਲ ਨਹੀਂ ਸੀ ਸੋ ਪਿਆਰਿਓ ਬਹੁਤ ਜ਼ਰੂਰੀ ਹੈ ਕਿ ਖੁਦ ਦੇ ਅੰਦਰ ਝਾਤ ਮਾਰ ਕੇ ਗੁਰਬਾਣੀ ਨੂੰ ਵਸਾਉਣ ਦੀ ਤੇ ਔਗਣਾਂ ਨੂੰ ਦੂਰ ਕਰਨ ਦੀ ਜਿਨ੍ਹਾਂ ਦੇ ਔਗਣ ਦੂਰ ਹੋ ਜਾਂਦੇ ਨੇ ਨਮਸਕਾਰਾਂ ਆਉਂਦੀਆਂ ਨੇ ਆਪਣੇ ਆਪ ਸੀਸ ਉਹਦੇ ਸਾਹਮਣੇ ਸਾਹਮਣੇ ਝੁਕਦਾ ਜਿਹਦੇ ਅੰਦਰ ਕੁਝ ਹੋਵੇ ਸਿਰ ਉਹਦੇ ਸਨਮੁਖ ਹੀ ਝੁਕਦਾ ਹੈ ਜਿਹਦੇ ਅੰਦਰ ਕੁਝ ਪਾਇਆ ਜਾਂਦਾ ਹੈ ਜਿਹੜਾ ਖੁਦ ਖਾਲੀ ਬੈਠਾ ਹੈ ਕੀ ਸੀਸ ਝੁਕੇਗਾ ਸਤਿਗੁਰ ਕਹਿੰਦੇ ਨੇ ਜੀ ਬ੍ਰਹਮ ਗਿਆਨੀ ਦਾ ਕਥਿਆ ਨਾ ਜਾਏ ਅਧਾ ਅੱਖਰ ਅਧਾ ਅੱਖਰ ਵੀ ਉਹਦੀ ਮਹਿਮਾ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਸਤਿਗੁਰੂ ਕਹਿੰਦੇ ਨੇ ਪਿਆਰਿਆ ਬ੍ਰਹਮ ਗਿਆਨੀ ਦੇ ਬਾਰੇ ਰੱਬ ਨੂੰ ਜਿਹੜਾ ਪਾ ਚੁੱਕਾ ਉਹਦੀ ਮਹਿਮਾ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਉਹਦੀ ਵਡਿਆਈ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਰੱਬ ਵਰਗਾ ਹੋ ਗਿਆ ਉਹ ਸਮੁੰਦਰ ਵਿੱਚ ਸਮਾ ਗਿਆ ਸਮੁੰਦਰ ਦਾ ਰੂਪ ਹੋ ਗਿਆ ਉਹ ਰੱਬ ਦਾ ਰੂਪ ਹੋ ਗਿਆ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ RAM ਜੋਤੀ ਜੋਤ ਰੜੀ ਸੰਪੂਰਨthia RAM ਸੰਪੂਰਨਤਾ ਹੋ ਗਈ ਹੁਣ ਹੁਣ ਜਦੋਂ ਇੱਕਮਿਕਤਾ ਹੋ ਗਈ ਫਿਰ ਉਹ ਗੱਲ ਹੀ ਖਤਮ ਹੋ ਗਈ ਧੰਨ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦੇਣ ਤੋਂ ਬਾਅਦ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਲੈਣਿਆ ਤੂੰ ਅੰਗਦ ਹੋ ਗਿਆ ਮੇਰਾ ਰੂਪ ਹੋ ਗਿਆ ਗੁਰੂ ਅੰਗਦ ਸਾਹਿਬ ਨੇ ਗੁਰੂ ਅਮਰਦਾਸ ਨੂੰ ਗੁਰਤਾ ਗੱਦੀ ਦੇ ਕੇ ਕਿਹਾ ਸੀ ਤੂੰ ਨਥਾਵਿਆਂ ਦਾ ਤਾਂ ਮ ਨਿਮਾਣਿਆਂ ਦਾ ਮਾਨ ਗੱਤਿਆਂ ਦੀ ਗੱਤ ਨ ਧਰਿਆਂ ਦੀ ਤੇਰਨ ਤਾਣਿਆਂ ਦਾ ਤਾਣ ਬਣ ਗਿਆ ਮੇਰਾ ਰੂਪ ਹੋ ਗਿਆ ਹੁਣ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਜਦੋਂ ਇੱਕਮਿਕਤਾ ਹੋ ਗਈ ਹੋ ਜਿਹੜੀ ਜੋਤ ਹੈ ਗੁਰੂ ਨਾਨਕ ਵਿੱਚ ਉਹ ਰੱਬ ਦੀ ਹੈ ਸੋ ਜਿਵੇਂ ਰੱਬ ਦੇ ਗੁਣ ਨਹੀਂ ਬਿਆਨ ਕੀਤੇ ਜਾ ਸਕਦੇ ਸੰਪੂਰਨ ਤੌਰ ਤੇ ਗੁਰੂ ਨਾਨਕ ਸਾਹਿਬ ਦੇ ਗੁਣਾ ਦਾ ਵੀ ਅਸੀਂ ਗੁਣ ਗਾਣ ਸੰਪੂਰਨ ਨਹੀਂ ਕਰ ਸਕਦੇ ਕਿਉਂਕਿ ਉਹ ਇੰਨੇ ਮਹਾਨ ਹੋ ਗਏ ਸੀ ਇਹ ਸਾਰੀ ਗੱਲਾਂ ਮੈਂ ਕਿਉਂ ਕਹਿ ਰਿਹਾ ਕਿਉਂਕਿ ਅਸੀਂ ਉੱਚੇ ਬੰਨਾ ਕਿਉਂ ਕਹਿ ਰਿਹਾ ਮੈਂ ਕਿਉਂਕਿ ਅਸੀਂ ਆਪਣੇ ਵਿੱਚੋਂ ਅਵਗੁਣ ਕੱਢਣੇ ਹੈ ਬੁਰਾਈ ਕੱਢਣੀ ਹੈ ਭੈੜੀ ਮਤ ਦੂਰ ਕਰਨੀ ਹੈ ਮਨ ਮਤ ਦਾ ਤਿਆਗ ਕਰਕੇ ਗੁਰਮਤ ਦੇ ਵੱਲ ਤੁਰਨਾ ਹੈ ਅਸੀਂ ਤਾ ਸਾਡੇ ਜੀਵਨ ਵਿੱਚ ਜਿਹੜੀ ਹੈ ਉਹ ਲਾਗ ਲੱਗੇ ਕਿ ਤਾਂ ਸਾਡੇ ਘਰ ਵਿੱਚ ਖੁਸ਼ੀਆਂ ਆਉਣਗੀਆਂ ਤਾਂ ਸਾਡੇ ਘਰ ਵਿੱਚ ਚੰਨ ਹੋਏਗਾ ਗੁਰਬਾਣੀ ਦਾ ਜਦੋਂ ਸਾਡੇ ਬੱਚੇ ਲੱਗ ਜਾਣਗੇ ਇਸ ਪਾਸੇ ਸਾਡਾ ਪੂਰਾ ਜਿਹੜਾ ਜੀਵਨ ਹੈ ਵੇਖੋ ਕਿੰਨਾ ਪਿਆਰਾ ਬਣ ਜਾਏਗਾ ਸਾਨੂੰ ਮਹਿਸੂਸ ਹੋਏਗਾ ਵੀ ਕੁਝ ਘਾਟ ਸੀ ਲੇਕਿਨ ਵਾਹਿਗੁਰੂ ਨੇ ਅੱਜ ਉਸ ਘਾਟ ਨੂੰ ਪੂਰਿਆ ਕਰ ਦਿੱਤਾ ਤੇ ਸੰਪੂਰਨ ਹੋ ਗਈ ਜ਼ਿੰਦਗੀ ਬ੍ਰह्म ਗਿਆਨੀ ਸਰਬ ਕਾ ਠਾਕੁਰ ਠਾਕੁਰ ਦਾ ਮਤਲਬ ਪੂਜਨਯੋਗ ਰੱਬ ਨੂੰ ਪਿਆਰ ਕਰਨ ਵਾਲਾ ਉਹ ਇਨਸਾਨ ਰੱਬ ਵਰਗਾ ਹੋ ਜਾਂਦਾ ਪੂਜਨਯੋਗ ਹੋ ਜਾਂਦਾ ਗੁਰੂ ਅਰਜਨ ਸਾਹਿਬ ਕਿਦੇ ਪਿਆਰੇ ਆ ਮੈਂ ਤਾਂ ਤੈਨੂੰ ਦੱਸ ਰਿਹਾ ਤੂੰ ਵੀ ਉਸ ਪਾਸੇ ਲੱਗ ਜਾ ਦੁਨੀਆ ਦੀ ਗੰਦਗੀ ਖਤਮ ਕਰਨ ਦਾ ਇੱਕੋ ਹੀ ਤਰੀਕਾ ਹੈ ਰੱਬ ਵੱਲ ਜੁੜਨਾ ਦੁਨੀਆ ਚੋਂ ਝੂਠ ਖਤਮ ਕਰਨ ਦਾ ਤਰੀਕਾ ਪਾਪ ਖਤਮ ਕਰਨ ਦਾ ਤਰੀਕਾ ਕੋ ਕਰਮ ਖਤਮ ਕਰਨ ਦਾ ਤਰੀਕਾ ਇੱਕੋ ਹੀ ਹੈ ਰੱਬ ਵੱਲ ਜੁੜਨਾ ਜਿਹੜੇ ਜੁੜ ਜਾਂਦੇ ਨੇ ਉਹਨਾਂ ਦੀ ਜ਼ਿੰਦਗੀ ਪਾਕ ਪਵਿੱਤਰ ਹੋ ਜਾਂਦੀ ਹੈ ਉਹ ਪੂਜਨਯੋਗ ਹੋ ਜਾਂਦੇ ਨੇ ਫਿਰ ਦੁਨੀਆ ਵਿੱਚ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਰਹਿੰਦੀ ਕਿਉਂਕਿ ਪਾਪ ਰਹਿਣੇ ਨਹੀਂ ਕੋ ਕਰਮ ਰਹਿਣੇ ਨਹੀਂ ਜਿਹੜੇ ਗੁਰੂ ਵੱਲ ਜੁੜ ਜਾਂਦੇ ਨੇ ਉਹਨਾਂ ਦਾ ਜੀਵਨ ਸਤਗੁਰੂ ਕਹਿੰਦੇ ਐਨਾ ਉੱਚਾ ਹੋ ਜਾਂਦਾ ਬ੍ਰਹਮ ਗਿਆਨੀ ਕੀ ਮਿੱਤ ਕੌਣ ਬਖਾਨੈ ਮਿੱਤ ਦੱਸੋ ਉਹਦੀ ਜਿਹੜੀ ਜ਼ਿੰਦਗੀ ਹੈ ਉਹ ਇਨੀ ਕੁੱਚੀ ਹੋ ਜਾਂਦੀ ਕੌਣ ਅੰਦਾਜ਼ਾ ਲਗਾਏਗਾ ਉਹਦੀ ਜ਼ਿੰਦਗੀ ਦਾ ਉਹ ਇਨਾਂ ਨੂੰ ਉਹਨੂੰ ਵਾਹਿਗੁਰੂ ਮਹਾਨ ਬਣਾ ਦਿੰਦਾ ਆਪਣੇ ਵਰਗਾ ਹੀ ਬਣਾ ਦਿੰਦਾ ਕੌਣ ਸਮਝੇਗਾ ਉਹਦੀ ਜ਼ਿੰਦਗੀ ਨੂੰ ਅਸੀਂ ਤਾਂ ਕਮੈਂਟ ਹੀ ਕਰ ਸਕਦੇ ਹਾਂ ਬਸ ਸਾਡੇ ਪੱਲੇ ਹੋਰ ਕੁਝ ਵੀ ਨਹੀਂ ਹੈ ਪਰ ਜਿਹੜੇ ਪਹੁੰਚ ਗਏ ਨੇ ਨਾ ਜਿਨ੍ਹਾਂ ਨੇ ਕੁਝ ਪਾ ਲਿਆ ਵੇਖੋ ਉਹਨਾਂ ਦੀ ਜ਼ਿੰਦਗੀ ਮਾਲਕ ਨੇ ਮਹਾਨ ਕਰ ਦਿੱਤੀ ਬ੍ਰਹਮ ਗਿਆਨੀ ਕਾ ਅੰਤ ਨਾ ਪਾਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਸਤਿਗੁਰੂ ਨੇ ਐਸੀ ਲਗਨ ਲਗਾਈ ਕਿ ਜੀਵਨ ਹੀ ਬਦਲ ਗਿਆ ਉਹਨਾਂ ਦਾ ਜਿੰਦਗੀ ਚੇਂਜ ਹੋ ਗਈ ਅੱਗੇ ਸਤਿਗੁਰ ਕਹਿੰਦੇ ਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਹੁਣ ਬ੍ਰਹਮ ਗਿਆਨੀ ਦੀ ਅਵਸਥਾ ਕੋਈ ਬ੍ਰਹਮ ਗਿਆਨੀ ਹੀ ਸਮਝੇਗਾ ਜਿੰਨੇ ਰੱਬ ਨੂੰ ਪਾਇਆ ਉਹਨੂੰ ਸਮਝਣ ਦੇ ਲਈ ਉਹੀ ਇਨਸਾਨ ਚਾਹੀਦਾ ਜਿੰਨੇ ਪਾ ਲਿਆ ਜਿਹੜਾ ਰੱਬ ਵਰਗਾ ਹੋ ਗਿਆ ਖੁਦ ਨਹੀਂ ਤਾਂ ਬਾਕੀ ਤਾਂ ਗੱਲੇ ਮਰਨ ਵਾਲੇ ਹੁਣ ਉਹਦੀ ਉਹਦੇ ਵਿੱਚ ਜਿਹੜੀ ਅਪੀਧਤਾ ਨਾ ਉਹ ਕਰਨੀ ਬਹੁਤ ਜ਼ਰੂਰੀ ਹੈ ਤਾਂ ਆਨੰਦ ਬਣੇਗਾ ਜ਼ਿੰਦਗੀ ਦੇ ਵਿੱਚ ਔਰ ਅੱਜ ਦੀ ਜਿਹੜੀ ਦੌੜ ਚੱਲ ਰਹੀ ਹੈ ਸੰਸਾਰ ਦੀ ਉਹਦੇ ਵਿੱਚ ਸ਼ਾਂਤੀ ਬਹੁਤ ਜ਼ਰੂਰੀ ਹੈ ਸਕੂਨ ਬਹੁਤ ਜ਼ਰੂਰੀ ਹੈ ਆਪਾਂ ਟੈਨਸ਼ਨਾਂ ਦੇ ਵਿੱਚ ਰਾਹ ਦਿਨ ਜਿਉਨੇ ਆ ਟੈਨਸ਼ਨਾਂ 'ਚ ਮਰ ਜੰਨੇ ਆ ਤਾਂ ਹੀ ਪਤਾ ਨਹੀਂ ਕਿੰਨੇ ਲੋਕ ਫਾ ਲੈ ਰਹੇ ਨੇ ਕਿੰਨੇ ਲੋਕ ਸੁਸਾਇਸਾਈਡ ਕਰੀ ਜਾ ਰਹੇ ਨੇ ਘਰਾਂ ਵਿੱਚ ਕਲੇਸ਼ ਪਿਆ ਹੋਇਆ ਉਹ ਟੈਨਸ਼ਨਾਂ ਦੇ ਕਰਕੇ ਸਾਰਾ ਕੁਝ ਜੇ ਹਰ ਚੀਜ਼ ਨੂੰ ਖਤਮ ਕਰਨਾ ਟੈਨਸ਼ਨ ਚਿੰਤਾ ਡਿਪਰੈਸ਼ਨ ਖਤਮ ਕਰਨੀ ਹੈ ਤੇ ਗੁਰੂ ਵੱਲ ਤੁਰ ਪਓ ਗੁਰੂ ਵੱਲ ਲੱਗ ਜਾਓ ਆਪਣੇ ਕੰਮਕਾਰ ਆਪਣੇ ਧੰਦੇ ਕਰਦੇ ਆ ਤੁਹਾਡੇ ਤੁਹਾਡੇ ਜੀਵਨ ਵਿੱਚ ਸਬਰ ਆਏਗਾ ਸੰਤੋਖ ਆਏਗਾ ਸ਼ਾਂਤੀ ਆਏਗੀ ਘੱਟ ਕਮਾਓਗੇ ਜ਼ਿਆਦਾ ਸੁੱਖ ਮਾਣੋਗੇ ਘੱਟ ਕਮਾਓਗੇ ਜ਼ਿੰਦਗੀ ਜ਼ਿਆਦਾ ਜੀਓਗੇ ਨਹੀਂ ਤਾਂ ਜੇ ਦੌੜ ਲੱਗੀ ਜਾਨਾ ਪਿਆਰਿਓ ਤੇ ਉਹ ਦੌੜ ਦੇ ਵਿੱਚ ਜ਼ਿੰਦਗੀ ਖਤਮ ਹੈ ਜ਼ਿੰਦਗੀ ਨੂੰ ਵੀ ਆਪਾਂ ਜੂਣਾ ਜ਼ਿੰਦਗੀ ਨੂੰ ਵੀ ਮੰਨਣਾ ਆ ਆਪਾਂ ਚੰਗੀ ਤਰ੍ਹਾਂ ਮੰਨਣਾ ਤਾਂ ਕਿ ਜ਼ਿੰਦਗੀ ਜਿਹੜੀ ਹੈ ਉਹ ਵੀ ਸਾਥੋਂ ਨਿਰਾਸ਼ ਨਾ ਹੋਵੇ ਵੀ ਮੈਂ ਕਿਹੜੇ ਬੰਦੇ ਦੇ ਵੱਸ ਪੈ ਗਈ ਚੰਗਾ ਕੰਮ ਕਰਨਾ ਜ਼ਰੂਰੀ ਹੈ ਚੰਗੇ ਪਾਸੇ ਜੁੜਨਾ ਜ਼ਰੂਰੀ ਹੈ ਉਹਦੇ ਲਈ ਗੁਰੂ ਦੀ ਮੱਤ ਵਾਲਾ ਹੋਣਾ ਬਹੁਤ ਜ਼ਰੂਰੀ ਹੈ ਅਖੀਰ 'ਚ ਸਤਿਗੁਰ ਕਹਿੰਦੇ ਨੇ ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ब्रह्मज्ञानी का अंत ना पार ओदा अंत ओदा पारावार ओदा हद बनना लब्ना बहुत ਔਖਾ ਜਿਹੜੀ ਉਹਦੀ ਆਤਮਿਕ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਉਹਦਾ ਹੱਦ ਬੰਨਣਾ ਹੀ ਕੋਈ ਨਹੀਂ ਰਹਿੰਦਾ ਉਹਦੀ ਸੋਚ ਬਹੁਤ ਵਾਈਡ ਹੋ ਜਾਂਦੀ ਮਤਲਬ ਸਮਝਣ ਵਾਲਾ ਉਹਦੀ ਸੋਚ ਦਾ ਦਾਇਰਾ ਬਹੁਤ ਖੁੱਲਾ ਹੋ ਜਾਂਦਾ ਵਾਈਡ ਹੋ ਜਾਂਦੀ ਉਹਦੀ ਸੋਚ ਸਾਡੀ ਸੋਚ ਸੰਗੜੀ ਛੋਟੇ ਛੋਟੀ ਸੋਚ ਹੈ ਛੋਟੇ ਲੈਵਲ ਤੇ ਆਪਾਂ ਜੁਨੇ ਤਾਂ ਹੀ ਆਪਾਂ ਦੁਕਿਓ ਨਿੱਕੀ ਨਿੱਕੀ ਗੱਲ ਤੇ ਲੜਦੇ ਆਂ ਝਗੜਾ ਕਰਦੇ ਆਂ ਪੱਗਾਂ ਲਗਾ ਲਾ ਦਿੰਦੇ ਆਂ ਮਰਦੇ ਆਂ ਪਰ ਜਿਹੜਾ ਰੱਬ ਨੂੰ ਪਿਆਰ ਕਰੇ ਉਹਦੀ ਸੋਚ ਉੱਚੀ ਹੋ ਜਾਂਦੀ ਵਾਈਡ ਹੋ ਜਾਂਦੀ ਵਾਈਡ ਸੋਚ ਵਾਲਾ ਇਨਸਾਨ ਸਾਰਿਆਂ ਨੂੰ ਆਪਣੇ ਕਲਾਵੇ ਵਿੱਚ ਲੈਂਦਾ ਹੈ ਸ਼ਾਤੀ ਨਾਲ ਲਗਾ ਕੇ ਰੱਖਦਾ ਕਿਉਂਕਿ ਉਹ ਸਭ ਨਾਲ ਪਿਆਰ ਕਰਦਾ ਆਪਾਂ ਵੀ ਆਪਣੀ ਕੌਮ ਦੇ ਵਿੱਚੋਂ ਇਸ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੀ ਹੈ ਸਭ ਨਾਲ ਪਿਆਰ ਭਾਵਨਾ ਰੱਖਣੀ ਹੈ ਸਭ ਨਾਲ ਦਾ ਸਤਿਕਾਰ ਕਰਨਾ ਤਾਂ ਕਿ ਸਾਡੇ ਜੀਵਨ ਦੇ ਥਰੂ ਕਿਸੇ ਦਾ ਜੀਵਨ ਸੁਧਰ ਜਾਏ ਸਤਿਗੁਰ ਕਹਿੰਦੇ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਨਮਸਕਾਰ ਹੀ ਹੈ ਸਦਾ ਹਮੇਸ਼ਾ ਉਹਦੇ ਚਰਨਾਂ 'ਚ ਜੁੜਿਆ ਰਹਿ ਭਾ ਉਹਦੀ ਸੰਗਤ ਕਰ ਜਿਹੜਾ ਰੱਬ ਨੂੰ ਜੁੜਿਆ ਉਹਦੀ ਸੰਗਤ ਕਰ ਤਾਂ ਕਿ ਤੈਨੂੰ ਨਾ ਕੁਝ ਪਤਾ ਲੱਗੇ ਦੁਨੀਆਦਾਰੀ ਦੇ ਵਿੱਚ ਸੰਸਾਰ ਵਿੱਚ ਕੁਝ ਤੈਨੂੰ ਸ਼ਾਂਤੀ ਮਿਲੇ ਗੁਰੂ ਦੀ ਸੰਗਤ ਵਿੱਚ ਬੈਠਿਆ ਕਰ ਰੱਬ ਨੂੰ ਪਾ ਚੁੱਕੇ ਪਿਆਰਿਆਂ ਦੀ ਸੰਗਤ ਕਰਿਆ ਕਰ ਚੰਗੇ ਲੋਕਾਂ ਦੇ ਕੋਲ ਬੈਠਿਆ ਕਰ ਚੰਗੀ ਸੰਗਤ ਕਰਨ ਨਾਲ ਤੇਰੇ ਜੀਵਨ ਵਿੱਚ ਵੀ ਚੰਗਿਆਈ ਦਾ ਵਾਸਾ ਹੋਏਗਾ ਸੋ ਆਓ ਪਿਆਰਿਓ ਸਤਿਗੁਰੂ ਦੀਆਂ ਇਹਨਾਂ ਗੱਲਾਂ ਨੂੰ ਅਸੀਂ ਆਪਣੇ ਜੀਵਨ ਵਿੱਚ ਧਾਰੀਏ ਜੋ ਗੁਰੂ ਨੇ ਕਿਹਾ ਮੰਨੀਏ ਤਾਂ ਕਿ ਸਾਡਾ ਜੀਵਨ ਸੋਹਣਾ ਤੇ ਪਿਆਰਾ ਬਣ ਸਕੇ ਸਾਡੇ ਘਰ ਵਿੱਚ ਸ਼ਾਂਤੀ ਸੁਖ ਸਕੂਨ ਤੇ ਆਨੰਦ ਦਾ ਵਾਸਾ ਹੋ ਸਕੇ ਸੋ ਇਤਨੀਆਂ ਬੇਨਤੀਆਂ ਸਵਕਾਰ ਕਰਿਓ ਜੀ ਪੂਰ ਚੁਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ